ਤੇ ਗੱਲਬਾਤ ਕਰਦੇ ਆ ਬਾਲਾ ਦੀ ਦੁਕਾਨ ਜਿਹੜਾ ਕਿ ਤੁਸੀਂ ਪਹਿਲੇ ਵੀ ਸ਼ੋਅ 'ਚ ਦੇਖਿਆ ਹੋਣਾ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਕਿੱਦਾਂ ਵੀਰੇ? ਅਲਹਮਦੁਲਿਲਾ ਬਿਲਕੁਲ ਠੀਕ ਠਾਕ, ਤੁਸੀਂ ਸੁਣਾਓ? ਮੈਂ ਤੇ ਠੀਕ ਆ, ਵਧੀਆ। ਵੇ ਪਹਿਲੇ ਨਾਲੋਂ ਵੀ ਬਹੁਤਾ ਬੇੜਾ ਗਰਕ ਕਰ ਲਈ ਆਪਣਾ। ਮੇਰੇ ਤੇ ਤੁਹਾਡਾ ਮੇਰੇ ਨਾਲ ਵੀ ਬੁਰਾ ਹੋ ਗਿਆ। ਉਹਦੇ ਗਰਮੀ ਨਾ ਹੋ ਗਿਆ। ਅਸੀਂ ਤੇ ਚਲੋ ਹੁਣ ਕੀ ਕਰੀਏ, ਤੁਸੀਂ ਤੇ ਮੇਕਅਪ 'ਚ ਛੁਪਾ ਲੈਂਦੇ, ਅਸੀਂ ਕੀ ਕਰੀਏ? ਬੜੇ ਸਿਰ ਤੋਂ ਕਹਿ ਰਹੀ ਆ। ਮੈਂ ਕੁਛ ਹੋਰ ਕਹਿ ਰਿਹਾ ਸੀ। ਕੋਈ ਨੀ ਪਹਿਚਾਣ ਸਕਦਾ, ਇੱਕ ਤੇ ਪਤਲਾ ਕੁੜੀਆਂ ਵਾਂਗੂ ਹੈ ਤੇ ਉੱਤੋਂ ਲੰਬੇ ਬਾਲ ਰੱਖੇ ਹੋਏ ਆ। ਮੁਰਗੀ ਦੇ ਪੰਜੇ ਨੇ? ਅੱਛਾ ਸੋਰੀ, ਨੌ ਨੇ। ਮੈਂ ਭਾਈ ਹਾੜਾ ਲਈ ਕਿਤੇ ਪੰਜੇ, ਮੁਰਗੀ ਦੇ ਪੰਜੇ ਲਾ ਰਹੇ ਸੀ। ਅੱਛਾ ਮੈਨੂੰ ਇਹ ਦੱਸ, ਚਾਹੁੰਦਾ ਕੀ ਆ? ਮੈਂ ਇਹ ਚਾਹੁੰਦਾ ਕਿ ਤੁਸੀਂ ਜਿਹੜਾ ਇੰਟਰਵਿਊ ਕਰ ਰਹੇ ਹੋ ਛੱਡ ਦਿਓ, ਵਾਂ ਥੱਕ ਗਈ ਤੁਹਾਨੂੰ ਵੇਖ ਵੇਖ ਕੇ। ਕੁਛ ਨਾ ਰਵਿੱਟੇ ਮੂੰ ਸਾੜ ਗਿਆ ਸਾੜ ਗਿਆ, ਕੁਛ ਨਵਾਂ ਕਰੋ। ਤੂੰ ਵੀ ਦੋ ਗੁੱਤਾ ਕਰਕੇ ਫਿਰਿਆ ਕਰ ਮਰੇ, ਕਰੋ ਜਾ ਦਵਾ। ਮੈਂ ਪਾਰਲਰ ਵਾਲੀ ਆ। ਹੋ ਗਈ ਹੋ ਵੇ, ਘਰ ਵਾਲੇ ਕੁਛ ਨਹੀਂ ਕਹਿੰਦੇ? ਨਹੀਂ, ਮੈਨੂੰ ਘਰ ਵਾਲੇ ਕੁਛ ਨਹੀਂ ਕਹਿੰਦੇ। ਅੱਗੇ ਘਰ ਵਾਲੇ ਕਨਫਿਊਜ਼ ਨਹੀਂ ਹੁੰਦੇ ਕਿ ਇਹ ਵਾਸਤੇ ਮੁੰਡਾ ਲੱਭਣਾ ਜਾਂ ਕੁੜੀ? ਨਹੀਂ ਨਹੀਂ, ਕਨਫਿਊਜ਼ ਕਿਉਂ ਹੋਣਾ? ਵਾਲ ਵੇਖ ਕੇ ਕਹਿੰਦੇ ਨੇ ਕਿ ਮੁੰਡਾ ਲੱਭਣਾ, ਅੱਗੋਂ ਵੇਖਦੇ ਕਹਿੰਦੇ ਨਹੀਂ ਕੁੜੀ ਲੱਭਣੀ ਹੈ। ਹੋਰ ਤੁਸੀਂ ਸੁਣਾਓ? ਅੱਛਾ, ਇਹ ਤੁਹਾਡੇ ਦੋਸਤ ਨੇ? ਇਹ ਮੇਰੇ ਦੋਸਤ ਨੇ, ਉਮੈਰ ਸਾਹਿਬ ਸ਼ੇਖੂਪੁਰਾ ਤੋਂ ਮੈਨੂੰ ਮਿਲਣ ਆਏ। ਇਹ ਟਿਕਟੋਕ ਸਟਾਰ ਨੇ ਮੇਰੇ ਭਰਾ ਤੇ ਬੜੇ ਅੱਛੇ ਦੋਸਤ ਨੇ ਮਾਸ਼ਾਅੱਲਾ ਮੇਰੇ। ਤੁਹਾਨੂੰ ਵੀ ਚਾਹ ਚੜ ਗਿਆ? ਹਾਂਜੀ, ਇਹਦੇ ਲਈ ਇੱਕ ਚੜਿਆ ਪਹਿਲਾਂ ਨਹੀਂ ਸੀਗਾ। ਐਸਾ ਕੀ ਮਤਲਬ ਖਾਸ ਜਮਾ ਚੰਗਾ ਨਹੀਂ ਲੱਗਦਾ? ਓ ਮਾਈ ਗੋਡ, ਦੇਖੋ ਤੁਸੀਂ ਜਮਾ ਚੰਗਾ ਨਹੀਂ ਲੱਗਦਾ। ਤੈਨੂੰ ਕਹਿ ਰਹੀ ਪਹਿਲਾਂ ਮੇਰੇ ਇੰਨੇ ਵਾਲ ਹੁੰਦੇ ਸਨ, ਜਦੋਂ ਮੈਂ ਤੇਲੇ ਵੇਖਿਆ ਮੇਰਾ ਵੀ ਜਿਹੜਾ ਕੰਫੀਡੈਂਸ ਅਪ ਹੋਇਆ ਕਿ ਮੈਂ ਵੀ ਇਹਦੇ ਵਰਗਾ ਬਣ ਸਕਦਾ। ਮੈਂ ਸਰੀਏ ਤੇ ਵੇਗ ਰੱਖੀ ਆ, ਦੇਖੋ ਜਰਾ ਜਮਾ ਚੰਗਾ ਨਹੀਂ। ਇਹ ਵੀ ਪਹਿਲਾਂ ਮੇਰੇ ਵਾਂਗੂ ਮੋਟਾ ਹੁੰਦਾ ਸੀ, ਤੇ ਜਦੋਂ ਵਾਲ ਰੱਖੇ ਨਾ ਸਾਰਾ ਜਨਾਬ ਦੀ ਸੇਹ ਜਿਹੜੀ ਨਾ ਵਾਲ ਖਿੱਚ ਕੇ ਲੈ ਗਏ ਨੇ। ਅੱਛਾ, ਤੇ ਤੁਸੀਂ ਸਮਾਰਟ ਹੋਣ ਵਾਸਤੇ ਲੰਬੇ ਬਾਲ ਰੱਖ ਰਹੇ ਹੋ ਜਾਂ ਸਟਾਈਲ ਵਾਸਤੇ? ਮੇਰਾ ਨਾ ਜੋ ਪੇਟ ਨਾ ਜ਼ਿਆਦਾ ਬੜਾ, ਇਸ ਲਈ ਮੈਂ ਕਿਹਾ ਵਾਲ ਲੰਬੇ ਰੱਖੂ, ਮੈਂ ਵੀ ਸ਼ਾਇਦ ਮੈਂ ਵੀ ਸਮਾਰਟ ਹੋ ਸਕੂੰ, ਜਿਮ ਜਾਣ ਦੀ ਜ਼ਰੂਰਤ ਹੀ ਨਾ ਪੜੇ। ਕਿਆ ਹੋ ਗਿਆ ਤੁਹਾਡਾ? ਨਹੀਂ ਵਿਆਹ ਨਹੀਂ ਹੋਇਆ ਹਲੇ। ਜਦੋਂ ਬੰਦਾ ਅੜਦਾ ਵਾਣਾ ਤੇ ਉਦੋਂ ਫਿਰ ਲੱਗਦਾ ਕੋਈ ਅੜੀ ਹੈ ਵਾ। ਸਹੀ ਜਾ ਗੜੇ ਗੜੀ ਹਲੇ ਹੋਇਆ ਨਹੀਂ ਵਿਆਹ, ਨਹੀਂ ਕਰਾਣਾ ਵਾ। ਲਵ ਮੈਰਿਜ ਜਾਂ ਅਰੇਂਜ, ਜਿਹੜੀ ਵੀ ਲੱਭ ਕੇ ਠੀਕ ਹੈ ਚੱਲੂਗੀ। ਜੇ ਅਗਰ ਉਹਨਾਂ ਨੇ ਕਿਹਾ ਕਿ ਬਾਲ ਕਟਾਓ ਛੋਟੇ ਕਰਾਓ, ਉਹਨਾਂ ਨੂੰ ਅਸੀਂ ਕਹਾਂਗੇ ਤੁਸੀਂ ਰੱਖ ਲਓ, ਅਸੀਂ ਆਪਣੀ ਕਜ਼ਨ ਨਾਲ ਕਰਾ ਲੈਂਦੇ ਹਾਂ। ਕਰਾਣਾ ਹੀ ਕਜ਼ਨ ਨਾਲ ਆ ਤੇ ਪਹਿਲੇ ਕਰਾ ਲਓ। ਅੱਛਾ, ਜੇ ਤੇਰੇ ਨਾਲ ਇੰਜ ਹੋ ਗਿਆ ਫਿਰ ਕੀ ਕਰੇਗਾ? ਕੀ ਹੋ ਗਿਆ? ਅਗਰ ਉਹਨਾਂ ਨੇ ਕਿਹਾ ਬਾਲ ਕਟਾ ਫਿਰ ਅਸੀਂ ਮਤਲਬ ਰਿਸ਼ਤਾ ਕਰਨਾ? ਰਿਸ਼ਤਾ ਵਾਲਾ ਨਾ ਕਰਨਾ, ਮੇਰੇ ਨਾਲ ਕਰਨਾ ਹੈ। ਲੱਗਦਾ ਵਾਲਾਂ ਨਾਲ ਹੀ ਕਰਨਾ, ਜਿੰਨੇ ਕੁ ਵਾਲ ਆ ਮੇਰੇ ਆਪਣੇ ਵਾਲ ਨੇ, ਰਿਸ਼ਤਾ ਮੇਰੇ ਨਾਲ ਹੋਣਾ, ਵਾਲਾਂ ਨਾਲ ਥੋੜੀ ਹੋਣਾ। ਤੂੰ ਨਹੀਂ ਨਜ਼ਰ ਆਉਂਦਾ ਵੀ, ਕਟਾ ਲੈ ਥੋੜੇ ਕੁ ਝਾਟੇ। ਅੱਜ ਕੱਲ੍ਹ ਕੁੜੀਆਂ ਵਾਲਾਂ ਦੇ ਘੱਟ, ਸਿਹਤ ਬਹੁਤਾ ਮਰਦੀਆਂ ਨੇ ਜਾਂ ਪੈਸੇ ਦੇ, ਜਿਹਦੇ ਕੋਲ ਜ਼ਿਆਦਾ ਪੈਸਾ ਹੋਵੇ ਨਾ ਉਹਨੂੰ ਜ਼ਿਆਦਾ ਪ੍ਰੋਟੋਕੋਲ ਦੇ। ਖਾ ਗਈ ਨਾ ਅੱਜ, ਤੈਨੂੰ ਉਹੀ ਦੁੱਖ ਰਿਹਾ। ਮੈਂ ਦੱਸ ਕੀ ਕਰੇਗਾ ਫਿਰ, ਵਿਆਹ ਨਹੀਂ ਕਰਾਏਗਾ ਜਾਂ ਝਾਟੇ ਕਟਾਏਗਾ? ਹਾਂ ਕਰਾਂਗੇ, ਵਾਲ ਬੰਨ ਕੇ ਚਲੇ ਜਾਵਾਂਗੇ। ਮੈਂ ਤੇ ਗਰਮੀਆਂ, ਜਦੋਂ ਗਰਮੀਆਂ ਖਤਮ ਹੋ ਗਈਆਂ ਮੈਂ ਫੋਰਨ ਘਰ ਰੌਲਾ ਪਾ ਦੇਣਾ, ਜਾਂ ਮੇਰਾ ਵਿਆਹ ਕਰੋ ਜਾਂ ਮੈਨੂੰ ਘਰੋਂ ਕੱਢ ਦਿਓ। ਨਹੀਂ ਨਹੀਂ, ਮੁੰਡੇ ਸ਼ਰੀਫ ਜ਼ਿਆਦਾ ਨੇ ਨਾ, ਤਾਂ ਡਰਦੇ ਨੇ ਘਰ ਦੇ ਵਿਆਹ ਕਰਦੇ ਨਹੀਂ ਆ। ਉਹ ਕਹਿੰਦੇ ਜੇ ਵਿਆਹ ਹੋ ਗਿਆ ਤਾਂ ਕੁੜੀਆਂ ਨਾਲ ਲੈ ਜਾਣੀਆਂ ਨੇ। ਅੱਛਾ, ਕਿੰਨੇ ਭੈਣ ਭਰਾ? ਮੈਂ ਇਕੱਲੇ ਹੀ ਆ ਜੀ। ਇਕੱਲੇ ਹੀ ਆ, ਇਸ ਵਾਸਤੇ ਝਾਟੇ ਤੁਸੀਂ ਵਧਾਏ, ਘਰ ਵਾਲੇ ਕੁਛ ਨਹੀਂ ਕਹਿੰਦੇ? ਇਕੱਲੇ ਸ਼ੇਰ, ਇਕੱਲੇ ਨੂੰ ਵਕਤ ਪਾਇਆ, ਸ਼ਰੀਕਾਂ ਨੂੰ ਵੀ, ਸਾਰੇ ਮਹੱਲੇਦਾਰਾਂ ਜਿੰਨੇ ਵੀ, ਸਾਰੇ ਮੇਰੇ ਤੋਂ ਤੰਗ ਆ। ਮਾਵਾਂ ਤੇ ਬਹੁਤ ਟੋਕਦੀਆਂ ਰੋਕਦੀਆਂ ਵੇ, ਮੰਨਤਾਣਾ
ਮੁੰਡਾ ਮੰਗਿਆ ਤੇ ਕੁੜੀਆਂ ਵਾਂਗੂ ਹੋ ਗਿਆ, ਲਾਈਕ ਇੰਜ ਅੰਮਾ ਕੋਈ ਤਾਨੇ ਨਹੀਂ ਦਿੰਦੀ? ਨਹੀਂ, ਇਸ ਮਹਿਕਮੇ ਪਿੱਛੇ ਹੁੰਦਾ ਹੈ ਮੁੰਡਾ ਹੀ ਹੈ ਤੇ ਬੜੀ ਖੁਸ਼ ਹੁੰਦੀ ਹੈ। ਉਹ ਕਹਿੰਦੀ ਮੁੰਡੇ ਦਾ ਮੁੰਡਾ, ਕੁੜੀ ਦੀ ਕੁੜੀ, ਵਾਲ ਵੀ ਰੱਖੇ ਤੇ ਮੁੰਡਾ ਵੀ ਹੈਗਾ, ਬਾਬੀ ਤਾਂ ਬੜੀ ਖੁਸ਼ ਹੁੰਦੀ ਹੈ। ਪਿੱਛੋਂ ਵੇਖ ਕੇ ਮੈਨੂੰ ਕਹਿੰਦੀ ਹਾਏ ਅੱਲਾ ਮੇਰੀ ਧੀ ਜੀਵੇ, ਅੱਗੋਂ ਵੇਖ ਕਹਿੰਦੀ ਹਾਏ ਮੇਰਾ ਸ਼ਦਾਦਾ ਜੀਵੇ। ਮੈਂ ਤਾਂ ਬੜੇ ਖੁਸ਼ ਹੁੰਦੇ ਨੇ। 2 in 1 ਤੂੰ ਤੇ 1 ਨਹੀਂ ਹੋ ਜਾਵੇ ਬੜੀ ਗੱਲ ਆ। 1 ਹੀ ਆ ਜਿੰਨੀ ਕਿ ਤੇਰੀ ਸਿਹਤ ਅਮਰ ਹੈ। ਮੈਡਮ ਹੁਣ ਸ਼ੇਰ ਵਾਲੇ ਪਾਸੇ ਆਈਏ। ਚਲੋ ਸ਼ੇਰ ਸੁਣਾਓ। ਤੁਸੀਂ ਪਹਿਲੇ ਪੁੱਛਦੇ, ਮੈਂ ਤੁਹਾਨੂੰ ਪਹਿਲਾਂ ਨਹੀਂ ਕਹਿ ਦਿੰਦਾ। ਸ਼ੇਰ ਹੈ ਜੀ, ਸ਼ੇਰ ਸੁਣੋ ਜ਼ਰਾ। ਜਿਸ ਦਿਨ ਸੇ ਕੀ ਹੈ ਸ਼ਿਕਾਰੀ ਨੇ ਅਦਾ ਕੀ ਕੋਈ ਮਿੰਨਤ, ਉਸ ਦਿਨ ਸੇ ਦਰਬਾਰ ਸੇ ਕਬੂਤਰ ਨਹੀਂ ਜਾਤੇ। ਔਰ ਤੁਮ ਮੁਝੇ ਯੂੰ ਹੈਰਾਨ ਜ਼ਿਆਦਾ ਆਂਖੋਂ ਸੇ ਨਾ ਦੇਖੋ, ਕੁਛ ਸੰਭਲ ਜਾਤੇ ਹੈ, ਸਭ ਮਰ ਨਹੀਂ ਜਾਤੇ, ਆਂਡੇ ਕਰਵਾਂਡੇ। ਇੱਕ ਹੋਰ ਬਿਜ਼ਨਸ ਚੰਗਾ ਚੱਲੇਗਾ। ਲੜਕੀਆਂ ਦੀ ਨਜ਼ਰ ਸ਼ੇਰ ਹੈ ਜਿਹੜੇ ਅੱਜ ਕੱਲ੍ਹ ਝੂਠਾ ਇਸ਼ਕ ਕਰਦੀਆਂ ਨੇ, ਕਿ ਲੜਕੀ ਨਜ਼ਰ ਸ਼ੇਰ ਹੈ ਕਿ ਇਸ਼ਕ ਨਾ ਪੁੱਛੇ ਪਿਆਰ ਨਾ ਜ਼ਾਤਾਂ, ਇਸ਼ਕ ਨਾ ਪੁੱਛੇ ਪਿਆਰ ਨਾ ਜ਼ਾਤਾਂ। ਬਾਬਾ ਜੀ ਤੰਬੂ ਕਨਾਤਾ, ਤੰਬੂ ਕਨਾਤਾ। ਹੋਰ ਮੈਡਮ ਤੁਸੀਂ ਸਾਨੂੰ ਕੀ ਕਹਿਣਾ ਚਾਹੋਗੇ, ਵਾਰ ਰੱਖੀਏ ਜਾਂ ਘਟਾ ਦਈਏ? ਮੈਂ ਤਾਂ ਸੌਣ ਦਾ ਮਹੀਨਾ ਕੱਢ ਲਈਏ। ਸਾਨੂੰ ਵਾਰ ਰੱਖਣੇ ਚਾਹੀਦੇ ਨੇ ਜਾਂ ਨਹੀਂ? ਮੈਡਮ ਦਰਜਨ ਚਾਹੀਦੀ ਪੌਨੀਆਂ ਦੀ, ਇੱਕ ਨਹੀਂ ਮਾਸ਼ਾਅੱਲਾ ਢਿੱਲਮ ਵਾਲ ਵੇਖੋ ਮੇਰਾ ਵਾਲ ਹੈ ਨਾ, ਇਹਨੂੰ ਦਰਜਨ ਚਾਹੀਦੀਆਂ ਨੇ। ਬੜੀ ਬੇਇੱਜ਼ਤੀ ਕੀਤੀ ਵਾਲਾਂ ਦੀ ਵਜ੍ਹਾ ਤੋਂ। ਅੱਜ ਤੁਸੀਂ ਮੈਨੂੰ ਕੈਮਰੇ ਦੇ ਸਾਹਮਣੇ ਸਹੀ ਦੱਸ ਦਿਓ ਕਿ ਮੇਰੇ ਵਾਲ ਸੋਹਣੇ ਨੇ ਜਾਂ ਨਹੀਂ। ਸਦਕੇ ਮੇਰਾ ਭਰਾ ਵੀ ਸੋਹਣਾ, ਇਹਦੇ ਵਾਲ ਵੀ ਸੋਹਣੇ। ਉਹ ਜੇ ਜੱਜ ਦਾ ਜਮਾ ਨਹੀਂ ਅਲੱਗ ਗੱਲ ਆ, ਲੇਕਿਨ ਇਹ ਵਾਲ ਸੋਹਣੇ ਆ। ਮੈਂ ਤੁਹਾਨੂੰ ਕਹਿਣਾ ਸੀ ਅਗਲੇ ਸਾਲ ਇਨਸ਼ਾਅੱਲਾ ਜਾਂ ਮੇਰੇ ਨਾਲ ਮੇਰੀ ਬੇਗਮ ਆਏਗੀ ਜਾਂ ਫਿਰ ਗੁਆਂਢੀ ਦੇ ਬੱਚੇ ਨਾਲ ਲੈ ਕੇ ਆਵਾਂਗੇ ਤੁਹਾਨੂੰ ਮੁਤਮਿਨ ਕਰਨ ਵਾਸਤੇ। ਮੈਨੂੰ ਮੁਤਮਿਨ ਕਰਨਾ? ਚਲੋ ਚੰਗੀ ਗੱਲ ਆ ਜੀ। ਸ਼ੇਰ ਆਂਦਾ? ਸ਼ੇਰ ਮੈਂ ਵੇਖ ਕੇ ਵੈਸੇ ਡਰ ਜਾਂਦਾ, ਉਹ ਤੋਂ ਸ਼ੇਰ ਕਿੱਥੋਂ ਆਂਦਾ ਮੈਨੂੰ? ਲੂੰਬੜੀ ਨੂੰ ਤੇ ਡਰ ਲੱਗਣਾ ਹੀ ਆ ਸ਼ੇਰ ਤੋਂ। ਹੋਰ ਤੁਸੀਂ ਸੁਣਾਓ, ਤੇ ਵੀ ਠੀਕ ਹੈ ਤੁਹਾਡੀ? ਹੁਣ ਤੁਸੀਂ ਸੁਣਾਓ। ਬਹੁਤ ਸ਼ੁਕਰੀਆ ਜੀ ਵਧੀਆ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਕੀ ਕਰਨ ਆਏ ਮਾਲ 'ਚ? ਮੈਂ ਇੰਟਰਵਿਊ ਦੇਣੇ ਆਈ ਹਾਂ ਆਪਕੋ। ਮੈਂ ਆਪਕਾ ਬਹੁਤ ਜ਼ਿਆਦਾ ਆਪਕੋ ਮੈਂ ਲਾਈਕ ਕਰਤੀ ਹੂੰ, ਆਪਕੀ ਟਿਕਟੋਕ ਪਰ ਵੀਡੀਓਜ਼ ਆਤੀ ਹੈ ਤੋ ਮੈਂ ਦੇਖਤੀ ਹੂੰ, ਬਹੁਤ ਅੱਛਾ ਲੱਗਤਾ ਹੈ। ਬਹੁਤ ਸ਼ੁਕਰੀਆ। ਇੰਨੇ ਬੜੇ ਨਿਆਣੇ ਕੀ ਰਹੇ ਆ? ਇਹ ਦੋਨੋਂ ਮੇਰੀ ਮਾਮੂ ਕੇ ਬੇਟੇ ਹੈ ਔਰ ਇਹ ਮੇਰੀ ਖਾਲਾ ਕਾ ਬੇਟਾ ਹੈ। ਇੰਨਾ ਖਿਲਾਰਾ ਬੋਲ ਸੀ, ਤੁਸੀਂ ਆਪਣਾ ਹੀ ਖਿਲਾਰਾ ਪਾਇਆ। ਵੋ ਇਹ ਸਭ ਇਨਕੀ, ਵੋ ਐਨਕ ਵਲੀਦ ਇਨਕੀ ਮਾਮਾ ਹੈ। ਅੱਛਾ, ਇੰਨੇ ਬੜੇ ਨਿਆਣੇ ਇਸਮਾਲ ਕੌਣ ਰਿਹਾ ਇਸ ਟਾਈਮ? ਇਹ ਵੋ ਦੋਨੋਂ ਦੋਨੋਂ ਸੰਭਾਲ ਰਹੇ। ਉਹ ਖਾਣੀ ਹੁੰਦਾ ਨਹੀਂ? ਖਾਦਾ ਪੀਤਾ ਕੀ ਆ ਭੈਣੇ? ਮੈਂ ਸਵੀਟ ਕੋਰਨਸ ਖਾਈਆਂ ਔਰ ਵੀ ਖਾਇਆ। ਕਿੰਨੇ ਕੁ ਕਿਲੋ ਖਾਧੇ? 1 cup। ਇੱਕ ਕੱਪ ਨਾਲ ਕਿੱਥੇ ਗੁਜ਼ਾਰਾ ਹੁੰਦਾ ਵਾ? ਖਾਇਆ ਕੱਪ। ਅੱਛਾ, ਉਹ ਵੀ ਵੰਡਦੇ? ਨਹੀਂ ਨਹੀਂ, ਇੱਕ ਇੱਕ ਪੂਰਾ ਪੂਰਾ। ਅੱਛਾ, ਇੱਕ ਇੱਕ ਪੂਰਾ ਪੂਰਾ ਕਰਦੇ ਕੀ? ਪੜਦੇ ਹੋ? ਪੜਦੇ ਹੋ ਜੀ? ਕੀ ਬਣਨਾ ਚਾਹੁੰਦੇ ਹੋ? ਬਣਨਾ ਕੀ ਚਾਹੁੰਦੇ ਹੋ? ਡਾਕਟਰ। ਕੀ ਰੀਅਲੀ? ਹਾਰਟ ਕੀ? ਹਾਰਟ ਦੀ ਡਾਕਟਰ। ਅੱਛਾ, ਕੋਈ ਸ਼ੇਰ ਆਂਦਾ ਤੁਹਾਨੂੰ? ਇਲਾਮਾ ਇਕਬਾਲ ਕਾ ਤਾ, ਤੇਰੇ ਆਜ਼ਾਦ ਬੰਦੋ ਕੀ ਨਯੇ ਦੁਨੀਆ ਨਵੋ ਦੁਨੀਆ, ਤੇਰੇ ਆਜ਼ਾਦ ਬੰਦੋ ਕੀ ਨਯੇ ਦੁਨੀਆ ਨਵੋ ਦੁਨੀਆ, ਯਹਾਂ ਮਰਨੇ ਕੀ ਪਾਬੰਦੀ ਵਹਾਂ ਜੀਨੇ ਕੀ ਪਾਬੰਦੀ। ਅਰੇ ਵਾਹ, ਬਹੁਤ ਸ਼ੁਕਰੀਆ ਜੀ, ਵਧੀਆ ਹੋ ਗਿਆ।
ਅਸਲਾਮੁਅਲੈਕੁਮ। ਵਾਲੇਕੁਮ ਅਸਲਾਮ। ਕੀ ਕਰਨ ਆਇਆ? ਬਸ ਘੁੰਮਣ ਫਿਰਨ। ਇੰਨੀ ਗਰਮੀ ਚ ਕਿਹਦੀ ਆਖਰ ਆਈ ਹੋਈ ਸੀ? ਹਾਂਜੀ, ਇੰਨੀ ਗਰਮੀ ਚ ਕਿਹਦੀ ਆਖਰ ਆਈ ਹੋਈ ਆ ਕਿ ਘੁੰਮਣ ਫਿਰਨ ਆ ਜਾਂਦੇ? ਬਸ ਵੈਸੇ ਹੀ ਦੋਸਤਾਂ ਦੇ ਨਾਲ ਆਏ ਸੀ, ਇੰਜੋਏ ਕਰਦੇ ਕਰਦੇ। ਇੰਜੋਏ ਕੀ ਇੰਜੋਏ ਕੀਤਾ? ਬਸ ਇਦਾਂ ਹੀ ਮਾਹੌਲ ਦੇਖ ਰਹੇ ਆ, ਵੇਖੋ ਹੁਣ ਕੀ ਇੰਜੋਏ ਹੁੰਦਾ। ਇਹ ਤਾਂ ਐਂਡ ਤੇ ਰਿਜ਼ਲਟ ਨਿਕਲੇਗਾ ਨਾ, ਕੀ ਇੰਜੋਏ ਕਰਦੇ। ਮੈਂ ਜੀ ਪੜ੍ਹਦਾ। ਬੰਨਾ ਕੀ ਚਾਹੁੰਦੇ ਹੋ? ਮੈਂ ਇੰਜੀਨੀਅਰਿੰਗ ਕਰ ਰਿਹਾ, ਵੈਲਡਿੰਗ ਇੰਜੀਨੀਅਰਿੰਗ। ਲੋਹਰ ਦੀ ਜੰਪਲ ਫੈਸਲਾਬਾਦ। ਯਾਰ ਮੇਰੇ ਹੀ ਸ਼ਹਿਰ ਦਾ ਪਿੰਡ ਨਾ ਕਹਿ, ਸ਼ਹਿਰ ਕਹਿ, ਸ਼ਹਿਰ ਸ਼ਹਿਰ ਦਾ ਜੀ, ਸ਼ਹਿਰ ਦਾ। ਮੇਰੇ ਹੀ ਸ਼ਹਿਰ ਦਾ ਨਿਆਣਾ ਤੇ ਐਡਾ ਮਾਸੂਮ ਹੋ ਨਹੀਂ ਸਕਦਾ। ਨਹੀਂ ਜੀ, ਬਹੁਤ ਮਾਸੂਮ ਹੈਗੇ ਆ। ਮੈਂ ਦੇਖ ਲਿਆ ਜਿੱਡਾ ਕਿ ਮਾਸੂਮੀਅਤ ਹੈਗੀ, ਕਹਿੰਦਾ ਰਿਜ਼ਲਟ ਦੇ ਐਂਡ ਤੇ ਨਿਕਲਣਾ ਜਦੋਂ ਮੋਲ ਤੋਂ ਬਾਹਰ ਪੈਰ ਰੱਖਣਾ। ਫੈਸਲਾਬਾਦ ਦੇ ਹੈਗੇ ਆ, ਕੁਛ ਤਾਂ ਫਿਰ ਆਪਣਾ ਵਿਖਾਣਾ। ਕਾਰਨਾਮਾ ਅੰਜਾਮ ਦੇਵਾਂਗੇ। ਹਾਂ ਜੀ, ਕਾਰਨਾਮਾ ਅੰਜਾਮ ਦੇਣਾ ਫੈਸਲਾਬਾਦ ਹੀ। ਫਿਰ ਚੰਗੀ ਗੱਲ, ਐਦਾਂ ਨਹੀਂ ਮਸ਼ਹੂਰ ਫੈਸਲਾਬਾਦ ਵਾਲੇ। ਵਿਆਹ ਕਿੱਥੇ ਕਰਾਏ, ਲਾਹੌਰ ਜਾਂ ਫੈਸਲਾਬਾਦ? ਇਹ ਤਾਂ ਹੁਣ ਅੱਲਾ ਨੂੰ ਪਤਾ ਵਿਆਹ ਕਿੱਥੇ ਕਰਾਉਂਦਾ ਸਾਡਾ, ਫਿਲਹਾਲ ਤਾਂ ਪਿੰਡ 'ਚ ਆਪਣੇ। ਵੀਰੇ ਲਾਹੌਰ ਦਾ ਨਾ ਇਹ ਨਹੀਂ ਵਾਰੇ ਨਹੀਂ ਖਾਣਾ ਹੈਗਾ ਰਿਸ਼ਤਾ। ਨਹੀਂ ਜੀ, ਲਾਹੌਰ ਦੇ ਜਿਹੜੇ ਤੱਕੇ ਮਾਰਦੇ ਤੇ ਠੁੱਡੇ ਅਲੈਦਾ ਮਾਰਦੇ। ਜੀ ਹਾਂਜੀ, ਵੱਜੇ? ਨਹੀਂ ਨਹੀਂ, ਇਹ ਵੱਜੇ ਹੀ ਆ ਤੇ ਤੈਨੂੰ ਪਤਾ ਅੰਦਾਜ਼ਾ ਹੋ ਗਿਆ ਠੁੱਡਿਆਂ ਦਾ। ਵੈਸੇ ਕਹਿ ਰਿਹਾ ਮੈਂ। ਅੱਛਾ, ਮੇਰਾ ਇੱਕ ਸਵਾਲ ਦੇਣਾ ਜਵਾਬ ਤੁਸੀਂ ਦੱਸਣਾ, ਐਸਾ ਕਿਹੜਾ ਮੁਲਕ ਹੈ ਜਿੱਥੇ 33 ਲੋਕ ਰਹਿੰਦੇ? ਅਮਰੀਕਾ ਦਾ ਮੁਲਕ ਹੈ ਮੈਲੂਸੀਆ, ਜਿਹਦੇ ਵਿੱਚ 33 ਲੋਕ ਰਹਿੰਦੇ। ਗੂਗਲ ਕੀਤਾ ਹੀ ਨਾ ਕਿੰਨੇ ਜਵੇ ਦਾ? ਬਸ ਇੱਦਾਂ ਹੀ ਪਤਾ, ਜਿੱਦਾਂ ਤੁਸੀਂ ਸਵਾਲ ਕਰਦੇ ਆ ਅਸੀਂ ਵੀ ਕਹੀਏ। ਫੈਸਲਾਬਾਦ ਕਿੱਥੇ? ਅਮਰੀਕਾ। ਅਮਰੀਕਾ 'ਚ ਫੈਸਲਾਬਾਦ ਹੀ ਨਹੀਂ ਜਾ ਸਕਦੇ? ਇਹ ਦੱਸੋ, ਅਮਰੀਕਾ ਦੀ ਰਿਪੋਰਟ ਨਹੀਂ ਆ ਸਕਦੀ ਫੈਸਲਾਬਾਦ? ਆ ਸਕਦੀ। ਆ ਜਾ ਕੋਈ ਸ਼ੇਰ। ਸ਼ੇਰ ਪੰਜਾਬੀ ਉਰਦੂ ਜਿਹੜਾ ਵੀ ਆਉਂਦਾ ਹੋਵੇ ਤੁਹਾਨੂੰ, ਤੁਸੀਂ ਦੱਸ ਦਿਓ, ਤੁਹਾਡੀ ਚੁਆਇਸ ਹੋਣੀ। ਪੰਜਾਬੀ। ਪੰਜਾਬੀ ਸ਼ੇਰ ਹੈ, ਤੇਰੇ ਲੱਗਦੇ ਢੋਲ ਨਿਰਾਜ਼ ਹੋਵਨ, ਤੇਰੇ ਕੋਲ ਆਉਣਾ ਛੋੜ ਦਿਸਾਂ, ਮੇਰੀ ਵਜ੍ਹਾ ਤੇਰੀ ਕਦਰ ਗਟੇ ਤੱਕ ਬੁਲਾਉਣਾ ਛੋੜ ਦਿਸਾਂ, ਤੂੰ ਕਰ ਦਿਲਬਰ ਰਾਜ਼ੀ ਸਖੀਆਂ ਨੂੰ, ਤੇਰੇ ਸ਼ਹਿਰ ਵਿੱਚ ਆਉਣਾ ਛੋੜ ਦਿਸਾਂ, ਉਹ ਜਿਹੜੇ ਮੋੜ ਤੇ ਵਾਜਿਦ ਦੀ ਲੋੜ ਹੋਵੇ ਤੈਨੂੰ ਜਿਗਰ ਦਾ ਖੂਨ ਨਿਚੋੜ ਦਿਸਾਂ। ਅਰੇ ਵਾਹ, ਬਹੁਤ ਸ਼ੁਕਰੀਆ ਜੀ, ਵਧੀਆ ਹੋ ਗਿਆ।